ਪੰਜਾਬ ਪੰਜਾਂ ਪਾਣੀਆਂ ਦੇ ਦੇਸ਼, ਪੀਰਾਂ ਪੈਗੰਬਰਾਂ ਦੀ ਦਰਗਾਹ, ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ। ਇਸ ਵੇਲੇ ਜੋ ਅਸੀਂ ਖੜ੍ਹੇ ਹਾਂ ਉਹ ਚੜ੍ਹਦੇ ਪੰਜਾਬ ਦੇ ਵਿੱਚ ਖੜ੍ਹੇ ਹਾਂ। ਮੇਰੇ ਨਾਲ ਸਾਡੇ ਮੁਹੰਮਦੀਅਨ ਭਰਾ ਖੜ੍ਹੇ ਨੇ ਔਰ ਪੰਜਾਬ ਦੇ ਵਿੱਚ, ਇਸ ਚੜ੍ਹਦੇ ਪੰਜਾਬ ਦੇ ਵਿੱਚ ਵੀ ਔਰ ਲਹਿੰਦੇ ਪੰਜਾਬ ਦੇ ਵਿੱਚ ਵੀ ਤੁਹਾਨੂੰ ਜਿਹੜੀਆਂ ਸਾਡੀਆਂ ਸਾਂਝਾਂ ਦੇ ਪ੍ਰਤੀਕ ਨੇ, ਸਾਡੇ ਗੁਰਦੁਆਰੇ, ਸਾਡੀਆਂ ਮਸਜਿਦਾਂ, ਇਹ ਚੜ੍ਹਦੇ ਔਰ ਲਹਿੰਦੇ ਪੰਜਾਬ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਹੀ ਸਾਂਭੀਆਂ ਹੋਈਆਂ ਨੇ। ਜਿਸ ਤਰ੍ਹਾਂ ਇੱਧਰ ਹੀ ਸਾਂਭ ਰਹੇ ਹਾਂ, ਉੱਧਰ ਵੀ ਵੇਖਿਆ ਇੱਕ, ਉੱਧਰ ਵੀ ਉਸੇ ਤਰ੍ਹਾਂ ਹੀ ਗੁਰਦੁਆਰਾ ਸਾਂਭ ਕੇ ਰੱਖੇ ਆ ਔਰ ਇੱਧਰ ਵੀ ਮਸਜਿਦ ਹੈ। ਬਹੁਤਿਆਂ ਨੂੰ ਸਾਡੇ ਪੰਜਾਬ ਦੇ ਜੋ ਚੜ੍ਹਦੇ ਪੰਜਾਬ ਦੇ ਵਿੱਚ ਕੀ ਹੈ ਕਿ ਚੜ੍ਹਦੇ ਪੰਜਾਬ 'ਚ ਸੋਚਦੇ ਲੋਕ ਸ਼ਾਇਦ ਕਿ ਇੱਥੇ ਜੋ ਮਸਜਿਦ ਆ ਮੁਹੰਮਦੀਅਨ ਬਹੁਤ ਘੱਟ ਹੁੰਦੇ ਆ, ਪਰ ਮੇਰਾ ਇਹ ਉਪਰਾਲਾ ਹੀ ਸ਼ੁਰੂ ਕਰ ਰਹੇ ਹਾਂ ਵੀ ਆਪਾਂ ਜੋ ਜਿੰਨੀਆਂ ਵੀ ਮਸਜਿਦਾਂ ਜੋ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈਗੀਆਂ, ਸਭ ਤੋਂ ਪਹਿਲਾਂ ਅਸੀਂ ਉਹ ਦਿਖਾਉਣ ਜਾ ਰਹੇ ਹਾਂ। ਸਾਡੇ ਨਾਲ ਜੋ ਖੜੀ ਸ਼ਖਸੀਅਤ ਨੇ ਉਹਨਾਂ ਦਾ ਜ਼ਿਕਰ ਵੀ ਕਰਦੇ ਹਾਂ ਔਰ ਇਸ ਵੇਲੇ ਅਸੀਂ ਅੰਮ੍ਰਿਤਸਰ ਧਰਮ ਸਿੰਘ ਮਾਰਕੀਟ ਜਿਹੜੀ ਹੈਗੀ ਆ ਉਹਦੀ ਬੈਕ ਸਾਈਡ 'ਤੇ ਜਿਹੜੀ ਇਹ ਮਸਜਿਦ ਹੈਗੀ ਆ, ਅੱਜ ਜੁੰਮੇ ਦਾ ਦਿਨ ਸੀ ਔਰ ਆਪਾਂ ਸਾਰੇ ਉਹਨਾਂ ਆਪਣੇ ਭਰਾਵਾਂ ਨਾਲ ਗੱਲਬਾਤ ਕਰ ਰਹੇ ਹਾਂ। ਸਲਾਮ ਜੀ, ਸਾਨੂੰ ਇਹ ਦੱਸੋ ਪਹਿਲਾਂ ਤੁਸੀਂ ਆਪਣਾ ਇਹ ਮੁਖਾਤਬ, ਇਹ ਜੋ ਮਸਜਿਦ ਆ ਇਹ ਕਦੋਂ ਦੀ ਆ, ਇਹਦੀ ਸਾਰੀ ਹਿਸਟਰੀ ਕੀ ਆ, ਇਹਦੇ ਬਾਰੇ ਸਾਨੂੰ ਦੱਸੋ ਥੋੜ੍ਹਾ ਜਿਹਾ। ਇਹ ਮਸਜਿਦ ਹੈ ਤਕਰੀਬਨ ਮਹਾਰਾਣੀ ਰਣਜੀਤ ਸਿੰਘ ਦੀ ਟਾਈਮ ਦੀ ਵਕਤ ਦੀ ਹੈਗੀ ਜੀ, ਅਤੇ ਮਹਾਰਾਣਾ ਰਣਜੀਤ ਸਿੰਘ ਦੇ ਦਰਬਾਰ 'ਚ ਇਸ ਮਸਜਿਦ ਦੇ ਜਿਹੜੇ ਮਾਲਕ ਸੀ ਨੇ ਮੀਆਂ ਸ਼ਮਸੂ ਸ਼ਾਹ ਜੀ ਜੀ, ਉਹਨਾਂ ਦੇ ਬੈਦ ਹਕੀਮ ਸੀ ਜੀ, ਜੋ ਇਹ ਮਸਜਿਦ ਬਣਾਈ, ਅਤੇ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਬੜਾ ਰੋਲ ਵੀ ਹੈ ਜੀ। ਮਹਾਰਾਜਾ ਰਣਜੀਤ ਸਿੰਘ ਬਹੁਤ ਅੱਛੇ ਇੱਕ ਰਾਜਾ ਤੇਰੇ ਕਿੰਗ ਸੀ ਜੀ, ਅਤੇ ਸਭ ਧਰਮਾਂ ਨੂੰ ਉਹਨੂੰ ਦੇਖ ਕੇ ਚੱਲਦੇ ਸੀ ਜੀ, ਬਹੁਤ ਸਾਦਰ ਅਸੀਂ ਉਹਨੂੰ ਨਮਸਕਾਰ ਵੀ ਕਰਦੇ ਹਾਂ ਜੀ। ਅਤੇ ਮਹਾਰਾਜ ਸਿੰਘ ਰਣਜੀਤ ਸਿੰਘ ਇਹਨਾਂ ਰਾਜ ਬੜੀ ਦੂਰ ਤੱਕ ਰਿਹਾ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਵਿੱਚ ਅਕਾਲ ਵੀ ਪੈ ਗਿਆ ਸੀ, ਅਕਾਲ ਪੈ ਗਿਆ ਸੀ ਜੀ ਜੀ ਜੀ। ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਬਹੁਤ ਬਹੁਤ ਵਿਦਵਾਨ ਦੀ ਰਾਏ ਲੈ ਕੇ ਰਾਜਸਥਾਨ ਤੋਂ ਮਾਰਵੜੀ ਸੱਦੇ ਜੀ। ਇਹ ਮੱਜੀ ਦੇ ਬੈਕ ਸਾਈਡ 'ਚ ਵੀ ਤਬੇਲਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਜੀ, ਅਤੇ ਉਹ ਵਪਾਰੀ ਉਹਨੂੰ ਮਹਾਰਾਜਾ ਸਿੰਘ ਨੇ ਉਹਨਾਂ ਨੂੰ ਦਾਨ 'ਚ ਵੀ ਦਿੱਤਾ, ਲਿਖ ਕੇ ਦਿੱਤਾ ਹੋਇਆ ਜੀ। ਅਤੇ ਜਿਹੜੀ ਇਹ ਧਰਮ ਸਿੰਘ ਮਾਰਗੀ ਬਣੀ ਹੈ ਵੀ ਮਸਾ ਦੀ ਮਸਜਿਦ 'ਤੇ ਜੀ ਤਾਮੀਰ ਕੀਤੀ ਹੋਈ ਹੈ, ਇਹ ਵੀ ਮਸਜਿਦ ਦੀ ਜਗ੍ਹਾ ਹੈ, ਮਸਜਿਦ ਦੀ ਜਗ੍ਹਾ ਜੀ। ਇਹ ਸਾਨੂੰ ਥੋੜ੍ਹਾ ਜਿਹਾ ਰਸਤਾ ਛੱਡਿਆ ਹੈ ਜੀ, ਉਹ ਵੀ ਲੁਕਿਆ ਹੋਇਆ, ਲੁਕਿਆ ਹੋਇਆ ਰਸਤਾ ਛੱਡਿਆ ਇੱਥੇ ਜਾਣ ਜੀ ਜੀ। ਅਤੇ ਇਹ ਮਸਜਿਦ ਬਹੁਤ ਇਤਿਹਾਸਿਕ ਪੁਰਾਣੀ ਹੈ, ਅਤੇ ਮਹਾਰਾਜਾ ਰਣਜੀਤ ਸਿੰਘ ਨੇ ਜੀ ਸੁਲਤਾਨਪੁਰ ਈਦਗਾਹ ਜਿਹੜੀ ਕਬਰਸਤਾਨ ਹੈ ਨਾ ਹਾਂਜੀ, ਇਹ ਵੀ ਮਹਾਰਾਜਾ ਰਣਜੀਤ ਸਿੰਘ ਦਾ ਬਾਗ ਹੁੰਦਾ ਸੀ ਜੀ, ਅਤੇ ਮੁਸਲਮਾਨਾਂ ਨੂੰ ਕਬਰਸਤਾਨ ਦਫਨਾਉਣ ਵਾਸਤੇ ਸਾਨੂੰ ਜਗ੍ਹਾ ਉਹ ਦਾਨ 'ਚ ਦਿੱਤੀ ਹੋਈ ਦਾਨ 'ਚ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਅੰਮ੍ਰਿਤਸਰ ਦੇ ਵਿੱਚ ਹੀ ਜਿਹੜੀਆਂ ਕਿ ਬੇਸ਼ੁਮਾਰ ਜੋ ਮਸਜਿਦਾਂ ਬਣੀਆਂ ਹੋਈਆਂ ਆ, ਮਹਾਰਾਜਾ ਰਣਜੀਤ ਸਿੰਘ ਨੇ ਜੋ ਇਹਨਾਂ ਨੂੰ ਆਪਣੇ ਮੁਸਲਮਾਨ ਭਰਾਵਾਂ ਨੂੰ ਇਹਨਾਂ ਨੂੰ ਜਿੱਥੇ ਜਿੱਥੇ ਉਹਨਾਂ ਨੂੰ ਲੋੜੀਂਦੀ ਸੀ ਉਹਨਾਂ ਦੀ ਆਬਾਦੀ ਦੇ ਮੁਤਾਬਕ ਪੂਰੇ ਸ਼ਹਿਰ ਦੇ ਵਿੱਚ ਜਾ ਕੇ ਬੇਹੱਦ ਮਸਜਿਦਾਂ ਬਣੀਆਂ ਹੋਈਆਂ ਆ ਜਿਹੜੇ ਕਿ ਅਜੇ ਤੱਕ ਸਾਨੂੰ ਪਤਾ ਨਹੀਂ ਸੀ ਹੈਗਾ। ਸੋ ਅਸੀਂ ਉਹਨਾਂ ਨੂੰ ਤਰਤੀਬ ਵਾਰ ਤੁਹਾਨੂੰ ਸਾਰੇ ਜਿੰਨੇ ਵੀ ਲਹਿੰਦੇ ਪੰਜਾਬ ਔਰ ਚੜ੍ਹਦੇ ਪੰਜਾਬ ਨੂੰ ਵਿਖਾ ਰਹੇ ਹਾਂ। ਅਗਰ ਉਹ ਲਹਿੰਦੇ ਪੰਜਾਬ ਔਰ ਲਹਿੰਦੇ ਪੰਜਾਬ ਦੇ ਵਿੱਚ ਵੀ ਜੋ ਵੀਰ ਸਾਡੇ ਇਹ ਭਰਾ ਇਹ ਵੇਖ ਰਹੇ ਹੋਣਗੇ ਕਿ ਇਸ ਮਸਜਿਦ ਦਾ ਨਾਂ ਇੱਕ ਦੁਬਾਰਾ ਬੋਲ ਦਿਓ ਜੀ। ਮਸਜਿਦ ਦਾ ਨਾਮ ਮੰਮਾ ਸ਼ਾਹ ਮਸਜਿਦ ਹੈ ਜੀ, ਅਤੇ ਮੀਆਂ ਸ਼ਮਸੂ ਦਾ ਜਿਹੜੇ ਬੇਟੇ ਸੀ ਨਾ ਜੀ ਮੁਹੰਮਦ ਸਾਹਿਬ ਕਾਰਪੋਰੇਸ਼ਨ ਦੇ ਚੇਅਰਮੈਨ ਹੁੰਦੇ ਸੀ ਜੋ ਚੇਅਰਮੈਨ ਹੁੰਦੇ ਸੀ ਜੀ ਜੀ ਜੀ। ਤੁਸੀਂ ਵੇਖ ਰਹੇ ਜੇ
ਤੁਸੀਂ ਵੇਖ ਰਹੇ ਜੇ ਇਹ ਮਸਜਿਦ ਹੈ, ਮੇਰੇ ਵੀਰ ਜਿਹੜੇ ਉੱਧਰ ਵੀ ਵੀਰ ਵੇਖਦੇ ਹੋਣ ਉਹਨਾਂ ਨੂੰ ਵੀ ਇਹ ਬੇਨਤੀ ਆ ਕਿ ਅਗਰ ਉਹ ਇੱਥੇ ਰਹਿ ਕੇ ਗਏ ਆ ਜਾਂ ਇੱਥੋਂ ਗਏ ਹੋਣਗੇ ਔਰ ਉਹਨਾਂ ਦਾ ਦਿਲ ਵੀ ਕਰਦਾ ਹੋਊਗਾ ਕਿ ਅਸੀਂ ਦੁਬਾਰਾ ਜਾ ਕੇ ਆਪਣੀ ਜਗ੍ਹਾ ਵੇਖੀਏ, ਅਗਰ ਉਹ ਆਪਣਾ ਪਾਸਪੋਰਟ ਜਾਂ ਸਾਰਾ ਕੁਛ ਮਨਜ਼ੂਰੀ ਲੈ ਲੈਂਦੇ ਆ, ਅਗਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਫਾਈਨੈਂਸ ਦੀ ਕੋਈ ਜਿਹੜੀ ਆਰਥਿਕ ਸਹਾਇਤਾ ਹੋਊਗੀ ਤਾਂ ਉਹ ਆਵਾਜ਼ ਕਾਉਂਟੀ ਵੱਲੋਂ ਕੀਤੀ ਜਾਊਗੀ, ਉਹ ਸਾਨੂੰ ਫੇਸਬੁੱਕ 'ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਜਾਂ ਯੂਟਿਊਬ 'ਤੇ ਸਾਡਾ ਚੈਨਲ ਸਾਡੇ ਨਾਲ ਸੰਪਰਕ ਕਰ ਸਕਦੇ ਆ, ਉਹਨਾਂ ਦੀ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਆ ਉਸ ਅਸੀਂ ਆਪਣਾ ਪ੍ਰਬੰਧ ਕਰਾਂਗੇ। ਸੋ ਅਸੀਂ ਨਾਲ ਨਾਲ ਇਹਨਾਂ ਦੀ ਗੱਲਬਾਤ ਕਰ ਰਹੇ ਹਾਂ। ਹਾਂਜੀ, ਤੁਸੀਂ ਇਹਦੇ ਬਾਰੇ ਹੋਰ ਜਾਣਕਾਰੀ ਦਿਓ। ਜਿਵੇਂ ਵੀ ਇਹ ਸੰਸਦ ਜਿਹੜੀ ਜੀ ਉਲਾਦ ਸੀ ਨਾ ਮੁਹੰਮਦ ਸ਼ਾਹ ਜੀ, ਮਸਜਿਦ ਦੇ ਬੈਕ ਸਾਈਡ 'ਚ ਉਹਨਾਂ ਦੀ ਹਵੇਲੀ ਵੀ ਸੀ, ਮਹਿਲ ਸੀ, ਮਗਰ ਮਹਿਲ ਸੀ ਜੀ ਜੀ ਜੀ। ਅਤੇ ਉਹ ਮਹਿਲ ਅੱਜ ਕੱਲ੍ਹ ਉਹ ਉੱਥੇ ਮਾਰਕੀਟ ਹੀ ਬਣ ਗਈਆਂ, ਉੱਥੇ ਵੀ ਮਾਰਕੀਟਾਂ ਬਣ ਗਈਆਂ ਜੀ ਜੀ। ਇਹ ਜਿੰਨੀਆਂ ਜਗ੍ਹਾ ਹੈਗੀਆਂ ਤੁਸੀਂ ਇਹ ਵੇਖਿਆ ਨਹੀਂ ਵੀ ਇਹ ਕਿਹਦੇ ਨਾਂ 'ਤੇ ਜਮ੍ਹਾਂਬੰਦੀ ਜਾਂ ਕਿਸ ਤਰ੍ਹਾਂ ਆ, ਕਿਸ ਤਰ੍ਹਾਂ ਬਣ ਗਈਆਂ ਇਹ, ਜਾਂ ਆਪਣੀ ਇੱਥੇ ਘੱਟ ਗਿਣਤੀ ਹੈ, ਕੋਈ ਗੱਲ ਕਰਨ ਦੀ ਕੋਸ਼ਿਸ਼ ਨਹੀਂ? ਹਾਂਜੀ, ਘੱਟ ਗਿਣਤੀ ਕਰਕੇ ਅਤੇ ਦੂਜਿਆਂ ਨੇ ਫਾਇਦਾ ਚੁੱਕ ਕੇ, ਯਾਨੀ ਕਿ ਜਿਹੜੇ ਵੀ ਵਪਾਰੀ ਲੋਕ ਹੈ ਜਾਂ ਜੋ ਹੈਗੇ ਆ ਉਹਨਾਂ ਨੇ ਇਸ ਚੀਜ਼ ਦਾ ਫਾਇਦਾ ਚੁੱਕਿਆ ਆ ਕਿ ਇੱਥੇ ਕੋਈ ਪੁੱਛਣ ਗਿੱਛਣ ਵਾਲਾ ਨਹੀਂ ਹੈਗਾ। ਬਹੁਤਾ ਜ਼ਿਆਦਾ ਇਸ ਤਰ੍ਹਾਂ ਜੋ ਸਾਡੀਆਂ ਵਿਰਾਸਤੀ ਚੀਜ਼ਾਂ ਨੇ ਉਹ ਵਿਰਾਸਤੀ ਚੀਜ਼ਾਂ ਸਾਡੀਆਂ ਉਹ ਖਤਮ ਹੋ ਰਹੀਆਂ ਆ, ਅਤੇ ਔਰ ਉੱਥੇ ਮਾਫੀਆ ਤਕਰੀਬਨ ਜਿਹੜਾ ਅੱਜ ਕੱਲ੍ਹ ਦਾ ਉਹ ਕਬਜ਼ਾ ਕਰ ਰਿਹਾ ਹੈ, ਉਹ ਮਾਫੀਆ। ਦਰਸ਼ਕੋ, ਇੱਕ ਤੁਹਾਨੂੰ ਹੋਰ ਗੱਲ ਦੱਸਦੀ ਵੀ ਜ਼ਰੂਰੀ ਨਹੀਂ ਇੱਥੇ ਅੰਮ੍ਰਿਤਸਰ ਦੀ ਗੱਲ ਕਰ ਰਹੇ ਹਾਂ, ਪੂਰੇ ਪੰਜਾਬ ਦੇ ਵਿੱਚ ਹੋ ਕੀ ਰਿਹਾ ਆ ਕਿ ਅੱਜ ਕੁਛ ਦਿਨ ਪਹਿਲਾਂ ਤੁਸੀਂ ਵੇਖਿਆ ਬਟਾਲੇ ਦੇ ਵਿੱਚ ਵੀ ਇੱਕ ਉੱਥੇ ਕ੍ਰਿਸ਼ਨਾ ਨੇ ਇੱਕ ਬੇਰਿੰਗ ਕਾਲਜ ਦੀ ਗੱਲ ਕੀਤੀ ਸੀ। ਜਦੋਂ ਕੋਈ ਬੇਰਿੰਗ ਕਾਲਜ ਉਹ ਹੈਗਾ ਆ, ਸਾਰਾ ਪਤਾ ਕੀਤਾ ਕਿ ਉਹ ਸਿੱਖਾਂ ਦੀ ਇੱਕ ਵਿਰਾਸਤ ਚੀਜ਼ ਸੀ, ਮਹਾਰਾਜਾ ਸ਼ੇਰ ਸਿੰਘ ਦੀ ਆ, ਅਤੇ ਉਹ ਇਹਦਾ ਲੀਸ਼ ਦੇ ਉੱਪਰ ਉਹਨਾਂ ਗਾਂ ਲਈ ਆ, ਅਤੇ ਜਦੋਂ ਕਿ ਅਸੀਂ ਮੈਂ ਸੋਚਦੇ ਹਾਂ ਕਿ ਜੋ ਮੁਸਲਮਾਨ ਭਰਾ ਨੇ ਇਹ ਵੀ ਆਪਣੀਆਂ ਵਿਰਾਸਤਾਂ ਨੂੰ ਇੰਨਾ ਮਤਲਬ ਕਾਇਮ ਰੱਖਣ ਦੇ ਵਿੱਚ ਨਹੀਂ ਕੁਛ ਕਰ ਸਕੇ, ਔਰ ਸਾਡਾ ਤੁਸੀਂ ਵੇਖ ਹੀ ਸਕਦੇ ਜੇ ਸਰਦਾਰ ਭਰਾ ਵਾ ਤਕਰੀਬਨ ਹੀ ਸਾਰਾ ਆਪਣਾ ਹਿਸਟਰੀ ਜਿਹੜੀ ਆ ਉਹ ਗਵਾ ਹੀ ਚੁੱਕੇ ਆ, ਉਹਨਾਂ ਨੇ ਭੁਲਾ ਹੀ ਦਿੱਤਾ ਇਸ ਗੱਲ ਨੂੰ ਕਿ ਇਹ ਸਾਡੀ ਹਿਸਟਰੀ ਆ। ਸੋ ਇਹਨਾਂ ਨਾਲ ਸਾਡਾ ਜਿਹੜਾ ਉਪਰਾਲਾ ਚੱਲ ਰਿਹਾ ਇਹਨਾਂ ਨਾਲ ਗੱਲਬਾਤ ਕਰਨ ਦਾ ਕਿ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਅਸੀਂ ਦਰਸ਼ਨ ਕਰਵਾ ਰਹੇ ਹਾਂ ਕਿ ਕਿੰਨੀਆਂ ਮਸਜਿਦਾਂ ਹੈਗੀਆਂ ਆ, ਗੌਰਮੈਂਟ ਵੱਲੋਂ ਕਿਸੇ ਚੀਜ਼ ਦੀ ਮਦਦ ਨਹੀਂ ਹੈਗੀ, ਨਾ ਇੱਥੇ ਲਾਈਟਾਂ ਲੱਗੀਆਂ ਜੀ, ਨਾ ਕੋਈ ਕਿਸੇ ਚੀਜ਼ ਦੇ ਪਾਣੀ ਇੱਥੇ ਇੰਨਾ ਨਾ ਖਲੋਤਾ ਰਹਿੰਦਾ, ਕੂੜਾ ਝਾੜੂ ਮਰਨ ਵਾਲਾ ਝਾੜੂ ਵੀ ਮਾਰਦਾ, ਟਰੱਸਟ ਦਾ ਬੰਦਾ ਹੈਗਾ ਇੱਥੇ ਝਾੜੂ ਮਾਰਨ ਵਾਲਾ, ਉਹ ਵੀ ਝਾੜੂ ਮਾਰ ਕੇ ਖੁਸ਼ ਨਹੀਂ ਹੈਗਾ, ਉਹ ਕਹਿੰਦਾ ਝਾੜੂ ਲਿਆ ਦਿਓ ਜਾਂ ਕਹਿੰਦਾ ਚਾਹ ਪਿਆ ਦਿਓ, ਹਰ ਕੰਮ ਪੈਸਾ ਦੇ ਕੇ ਕਰਦੇ ਇੱਥੇ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਹੋ ਜਿਹਾ ਸਤਿਕਾਰ ਇਹਨਾਂ ਭਰਾਵਾਂ ਨੂੰ ਦਿੱਤਾ ਸੀ ਔਰ ਇੰਨੀਆਂ ਮਸਜਿਦਾਂ ਬਣਾ ਕੇ ਦਿੱਤੀਆਂ ਆ, ਔਰ ਸਾਡੀ ਇਸ ਭਰਾਵਾਂ ਦਾ ਗਿਲਾ ਆ ਕਿ ਅੱਜ ਵੇਖੋ ਤੁਸੀਂ ਨਾ ਇੱਥੇ ਕੋਈ ਲਾਈਟ ਦਿੰਦੇ ਆ, ਨਾ ਇੱਥੇ ਕੋਈ ਸਫਾਈ ਜਾਂ ਕਿਸੇ ਚੀਜ਼ ਦਾ ਕੋਈ ਵੀ ਪ੍ਰਬੰਧ ਜਿਹੜਾ ਵਾ ਉਹ ਪ੍ਰਸ਼ਾਸਨ ਇਸ ਚੀਜ਼ ਨਾਲ ਬਿਲਕੁਲ ਧਿਆਨ ਨਹੀਂ ਦੇ ਰਿਹਾ, ਲੋਕੀ ਗਮਲਿਆਂ ਦੇ ਵਿੱਚ ਮੂਤ ਕਰੀ ਜਾ ਰਹੇ ਆ, ਇੱਥੇ ਮੂਤ ਕਰ ਲੋਕਾਂ ਨੇ ਜਗ੍ਹਾ ਬਣਾਈ ਰਸਤੇ ਵਿੱਚ। ਜੋ ਧਰਮ ਸਿੰਘ ਮਾਰਕੀਟ ਦੇ ਪਿਛਲੇ ਬਣੇ ਜੋ ਇਹ ਰਸਤਾ ਮਿਲਿਆ ਆ ਔਰ ਇਹ ਪ੍ਰਸ਼ਾਸਨ ਨੂੰ ਵੀ ਧਿਆਨ ਵਿੱਚ ਅਸੀਂ ਇਹ ਗੱਲ ਦਵਾ ਰਹੇ ਹਾਂ ਕਿ ਉਹਨਾਂ ਨੂੰ ਜੋ ਬੈਕ ਸਾਈਡ 'ਤੇ ਲੋਕ ਇੱਧਰ ਆ ਕੇ ਉਹ ਆਪਣਾ ਪਿਸ਼ਾਬ ਕਰਦੇ ਜਾਂ ਕੁਛ ਵੀ ਕਰਦੇ ਆ, ਇਸ ਤਰਫ ਵੀ ਪ੍ਰਸ਼ਾਸਨ ਨੂੰ ਬਿਲਕੁਲ ਧਿਆਨ ਦੇਣਾ ਚਾਹੀਦਾ ਆ, ਇਹ ਪਵਿੱਤਰ ਸਥਾਨ ਹੈ, ਬੜਾ ਮੁਕੱਦਸ ਸਥਾਨ ਆ। ਸੋ ਇਹ ਸਭ ਹਰ ਇੱਕ ਦੇ ਸਾਂਝੇ ਹੁੰਦੇ ਆ, ਇਹ ਨਹੀਂ ਹੈਗਾ ਕਿ ਲਾਗੇ ਹੀ ਤੁਸੀਂ ਵੇਖੋ ਕਿ ਜੇ ਸ੍ਰੀ ਦਰਬਾਰ ਸਾਹਿਬ ਲੱਖਾਂ ਲੋਕ ਨਤਮਸਤਕ ਹੁੰਦੇ ਆ, ਅਤੇ ਮੈਂ ਤੁਹਾਨੂੰ ਇਸ ਤੋਂ ਬਾਅਦ ਜਿਹੜਾ ਕਲਿੱਪ ਤੁਸੀਂ ਚੱਲ ਰਿਹਾ ਉਹਦੇ ਵਿੱਚ ਤੁਸੀਂ ਵੇਖੋਗੇ ਕਿ ਇੱਥੇ ਤੁਸੀਂ ਕਿੰਨੇ ਮੁਹੰਮਦੀਨ ਭਰਾ ਸਕਦੇ ਜੋ ਰੋਜ਼ ਆਪਣੀ ਨਮਾਜ਼ ਅਦਾ ਕਰਨ ਆਉਂਦੇ ਆ, ਤਾਂ ਨਾਲ ਅਸੀਂ ਇਹਨਾਂ ਗੱਲਬਾਤ ਕਰ ਰਹੇ ਹਾਂ, ਹੋਰ ਇਸ ਬਾਰੇ ਕੁਝ ਦੱਸੋ ਜਾਣਕਾਰੀ। ਅਤੇ ਬਾਹਰ ਦੇ ਸ਼ਰਧਾਲੂ ਵੀ ਇੱਥੇ ਨਮਾਜ਼ ਪੜ੍ਹਨ ਆਉਂਦੇ ਆ ਜੀ, ਅਤੇ ਉਹਨਾਂ ਦੀ ਹਾਲਤ ਦੇਖ ਕੇ ਬਹੁਤ ਦੁੱਖ ਇਜ਼ਹਾਰ ਕਰਦੇ ਆ ਜੀ, ਕਹਿੰਦਾ ਤੁਹਾਡੀ ਸੁਣਾਈ ਕਿਉਂ ਨਹੀਂ ਹੋ ਰਹੀ ਜੀ, ਤੁਸੀਂ ਕਦੀ ਅਪਰੋਚ ਕੀਤੀ ਕਦੀ ਕਿਸੇ? ਬਹੁਤ ਵਾਰੀ ਦਿੰਦੇ ਆ, ਅਸੀਂ ਰਜੀਆ ਸੰਤਾਨ ਨੂੰ ਵੀ ਲੈਟਰ ਭੇਜਿਆ ਜੀ, ਉਹਨਾਂ ਦਾ ਵੀ ਜਵਾਬ ਨਹੀਂ ਆਇਆ, ਬਾਦਲ ਸਰਕਾਰ ਨੇ ਕਹੀ ਤੁਹਾਡੀ ਲੋਕੇਸ਼ਨ ਕਰਕੇ ਨਾ ਗਰਿੱਲ ਲਵਾ ਦਿਆ ਜੀ, ਤਾਂ ਗਰਿੱਲ ਨਹੀਂ ਲੱਗੀ। ਕੀ ਆਪਾਂ ਉਸ ਤੋਂ ਬਾਅਦ ਪੈਰਵਾਈ ਨਹੀਂ ਕੀਤੀ ਕਿ ਜਾਂ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ?
ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ, ਪ੍ਰਸ਼ਾਸਨ ਹੀ ਕਬਜ਼ਾ ਕਰਨ ਨੂੰ ਤਿਆਰ ਹੈਗਾ, ਉਹ ਕਦੀ ਕੁਛ ਲਾ ਦਿੰਦੇ ਕਦੀ ਕੁਛ ਲਾ ਦਿੰਦੇ। ਸੋ ਵੀਰਾਂ ਦਾ ਕਹਿਣਾ ਹੈ ਕਿ ਜੋ ਇਹ ਸਾਡੇ 200 ਸਾਲ ਅੱਛਾ ਇਲੀਗਲ ਮੁਸਲਿਮ ਪ੍ਰਾਪਰਟੀ ਦੀ ਜਗ੍ਹਾ ਤੇ ਬਾਥਰੂਮ ਬਣਾਤਾ ਨਾ ਇਲੀਗਲ, ਇਲੀਗਲ ਬਣਾਤਾ, ਅੱਛਾ ਫਿਰ ਗਵਰਨਮੈਂਟ ਨੇ ਠੇਕੇ ਦੇ ਦੇਤਾ ਉਹਨੂੰ, ਉਹ ਫ੍ਰੀ ਹੋਣਾ ਚਾਹੀਦਾ, ਚਲੋ ਬਣ ਗਿਆ ਠੀਕ ਹੈ, ਸਾਨੂੰ ਹੁਣ ਵਿਵਾਦ ਨਹੀਂ ਗਾ ਉਹ 'ਚ, ਫ੍ਰੀ ਹੋਣਾ ਚਾਹੀਦਾ ਬਿਲਕੁਲ, ਉਹ ਬਿਲਕੁਲ ਫ੍ਰੀ ਹੋਣਾ ਚਾਹੀਦਾ। ਮੰਗਦਿਆਂ ਕੋਲ ਪੈਸਾ ਲੈ ਲੈਂਦੇ, ਮੰਗਦਿਆਂ ਕੋਲ ਪੈਸੇ ਇੱਥੇ ਲੈਂਦੇ ਆ ਫ੍ਰੀ ਦੇ, ਗੁਰੂ ਦੀ ਨਗਰੀ ਦੇ ਵਿੱਚ ਬਾਥਰੂਮ ਤਾਂ ਫ੍ਰੀ ਹੋਵੇ, ਬਹੁਤ ਬੜੀ ਵੇਸਟਡ ਹੈਗੀ ਇਸ ਇਲਾਕੇ 'ਚ, ਸਾਰਾ ਜਣਾ ਪਾਣੀ ਆ ਸਰਕਾਰ ਸਰਕਾਰੀ ਬਿਲਡਿੰਗਾਂ 'ਚ ਰੁੜਦਾ, ਇੱਕੋ ਖੂਹ ਹੈਗਾ ਜੀ ਦਿਨ ਰਾਤ, ਮੈਂ ਖੂਹ ਵੇਖਿਆ ਪਾਣੀ ਰੁੜਦਾ ਦਿਨ ਰਾਤ, ਪਾਣੀ ਰੁੜਦਾ, ਆਪਾਂ ਵਾਲ ਗੰਦ ਕਰਕੇ ਬੰਦੇ ਆ, ₹1000 ਦੇ ਕੇ ਆਪਾਂ ਚੁਕਾਇਆ ਇੱਥੋਂ ਕੂੜਾ, ਵਾਲ ਬੰਦ ਕਰਨ ਨਾਲ ਕੂੜਾ ਟੰਗ ਦੀ ਨੀਵਿਆਂ ਦੇ ਅੰਦਰ ਪਾਣੀ ਜਾ ਰਿਹਾ, ਨੀਵਿਆਂ ਦੇ ਅੰਦਰ ਪਾਣੀ ਆਉਂਦਾ, ਮਸਜਿਦ ਇਤਿਹਾਸਿਕ ਮਸਜਿਦ ਦੀ ਮਸਜਿਦ ਨੂੰ ਨੁਕਸਾਨ ਹੋ ਰਿਹਾ ਨੀਵਿਆਂ ਨਾਲ, ਨੀਵਾਂ ਕਰਕੇ ਪ੍ਰਸ਼ਾਸਨ ਬਹੁਤ ਗੂੜੀ ਨਿੰਦੇ ਸੁੱਤਾ ਪਿਆ ਆ, ਜੋ ਕਿ ਇਹਨਾਂ ਮੁਕੱਦਸ ਸਥਾਨਾਂ ਵੱਲ ਧਿਆਨ ਨਹੀਂ ਦੇ ਰਿਹਾ। ਸ਼ਹਿਰੀ ਸਾਰੇ ਬਰਾਬਰ ਹੁੰਦੇ ਆ ਨਾ, ਸ਼ਹਿਰੀਆਂ ਨੂੰ ਬਰਾਬਰ ਦਾ ਸਤਿਕਾਰ ਮਿਲਣਾ ਚਾਹੀਦਾ ਆ। ਅਗਰ ਮਹਾਰਾਜੀ ਸਿੰਘ ਸਰਕਾਰ ਅੱਜ ਤੋਂ 1801 ਦੇ ਵਿੱਚ ਮਹਾਰਾਜੀ ਸਿੰਘ ਦਾ ਜੋ ਹੈਗਾ ਰਾਜ ਸੀ ਉਹ ਹੋਣ ਦੇ ਵਿੱਚ ਆਇਆ, ਉਸ ਤੋਂ ਬਾਅਦ 1839 ਤੱਕ ਉਹ ਰਾਜ ਰਿਹਾ, ਅਤੇ ਉਹ ਮਹਾਰਾਜ ਨੇ 39 ਸਾਲ ਦੇ ਵਿੱਚ ਇੰਨਾ ਜ਼ਿਆਦਾ ਤਰੱਕੀ ਕੀਤੀ ਕਿ ਹਰ ਵਰਗ ਨੂੰ, ਅਤੇ ਸਿਰਫ ਇਹੀ ਨਹੀਂ ਕਿ ਮੁਸਲਮਾਨ ਭਰਾਵਾਂ ਨੂੰ, ਉਹਨਾਂ ਨੇ ਹਰ ਵਰਗ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਆ, ਉਹ ਇਹ 38-39 ਸਾਲ ਦੇ ਵਿੱਚ, ਅਤੇ 72 ਸਾਲ ਆਜ਼ਾਦੀ ਨੂੰ ਹੋ ਗਏ ਆ, ਅਤੇ ਇਹਨਾਂ ਦੇ ਹੱਕ ਕਿਉਂ ਵਾਂਝੇ ਆ। ਪ੍ਰਸ਼ਾਸਨ ਨੂੰ ਇਹ ਸੂਚਿਤ ਕਰਦੇ ਹਾਂ ਕਿ ਇਹਨਾਂ ਦੇ ਜੋ ਇਹਨਾਂ ਦੇ ਹੱਕ ਬਣਦੇ ਆ ਉਹਨਾਂ ਦੀ ਉਹ ਪੈਰਵਾਈ ਕਰਨੀ ਚਾਹੀਦੀ ਆ, ਇਸ ਦੇ ਲਾਗੇ ਬਿਲਕੁਲ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਆ, ਇਹਦੇ ਲਾਗੇ ਜੋ ਵੀ ਜਗ੍ਹਾ ਆ ਜੋ ਬਾਥਰੂਮ ਦਾ, ਕੁੱਤੇ ਨਾਲ ਬੜਾ ਗੰਦ ਪਾਇਆ, ਕੁੱਤਿਆਂ ਨਾਲ ਬੜਾ ਗੰਦ ਪਾਇਆ, ਵੜਦੇ ਲੋਕਾਂ ਨੂੰ, ਯਾਤਰਾਵਾਂ ਨੂੰ ਵੜ ਦਿੰਦੇ ਇੱਥੇ, ਯਾਤਰਾ ਆਉਂਦੇ ਆ, ਥੋੜ੍ਹੇ ਦਿਨ ਪਹਿਲੇ ਇੰਦੌਰ ਦਾ ਬੰਦਾ ਆਇਆ ਵਿਚਾਰਾ ਜੀ, ਹਿੰਦੂ ਭਰਾ ਸੀ ਆਪਣਾ ਜੀ ਜੀ, ਉਹ ਮਸੀਤ ਵੇਖਣ ਆਇਆ ਬਾਹਰ ਗਿਆ ਤਾਂ ਉਹਨੂੰ ਵੜਤਾ, ਐਡੇ ਐਡੇ ਬੋਟੇ ਲਾ ਲਏ ਉਹਦੇ। ਸੋ 200 ਸਾਲ ਤੋਂ ਜਿਹੜੀ ਇਹ ਮਸਜਿਦ ਤੁਸੀਂ ਵੇਖ ਰਹੇ ਜੇ, ਆਹ ਧਿਆਨ ਨਾਲ ਵੇਖਣ ਵਾਲੀ ਗੱਲ ਆ ਕਿ ਇਹਦੇ ਵਿੱਚ ਕੋਈ ਨਵੀਨੀਕਰਨ ਨਹੀਂ ਕੀਤਾ ਗਿਆ, ਔਰ ਕਿੰਨੇ ਦੁੱਖ ਦੀ ਗੱਲ ਆ ਕਿ ਕੋਈ ਨਵੀਨੀਕਰਨ ਨਹੀਂ ਕੀਤਾ ਗਿਆ। ਵੈਸੇ ਤਾਂ ਇਹ ਬਹੁਤ ਹੀ ਖੂਬਸੂਰਤ ਨਮੂਨਾ, ਮੁਕੱਦਸ ਘਰ ਆ, ਪਰਮਾਤਮਾ ਦਾ ਘਰ ਆ, ਇਹ ਅੱਲਾਹ ਦਾ ਘਰ ਆ, ਅਤੇ ਇਹ ਵੈਸੇ ਹੀ ਬਹੁਤ ਸੁੰਦਰ ਲੱਗ ਰਿਹਾ ਆ, ਭਾਵੇਂ 200 ਸਾਲ ਤੋਂ ਬਣਿਆ ਤਾਂ ਉਸੇ ਹੀ ਤਰ੍ਹਾਂ ਇਹਦੀ ਸੁੰਦਰਤਾ ਬਿਲਕੁਲ ਬਰਕਰਾਰ ਆ। ਪਰ ਜੋ ਪਰ ਹਾਂਜੀ ਉਹੀ ਪੁਰਾਣੀਆਂ ਦੁਆਰਾਂ ਆ, ਇਹਦੀਆਂ ਦੀਵਾਰਾਂ ਸਾਰੀਆਂ ਉਹੀ ਪੁਰਾਣੀਆਂ ਆ, 200 ਸਾਲ ਜੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ ਬਣੀਆਂ ਆ, ਉਹੀ ਦੀਵਾਰਾਂ ਚੱਲਦੀਆਂ ਆਉਂਦੀਆਂ ਆ। ਅਗਰ ਤੁਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੋ ਤਾਂ ਕੀ ਕਹੋਗੇ? ਪ੍ਰਸ਼ਾਸਨ ਦੇ ਸਾਡਾ ਇਹੀ ਸਾਡੀ ਡਿਮਾਂਡ ਹੈਗੀ ਜੀ, ਅਤੇ ਰਸਤਾ ਸਾਡਾ ਇਹਦਮ ਵਧੀਆ ਕੀਤਾ ਜਾਏ ਜੀ, ਅਤੇ 4-4 ਫੁੱਟ ਦੀ ਗਰੀਲਾ ਲਾਈ ਜਾਏ ਜੀ, ਕੁੱਤਾ ਔਰ ਜਾਨਵਰ ਅੰਦਰ ਨਾ ਆਵੇ ਜੀ, ਗਲਤੀ ਕੋਈ ਪਿਸ਼ਾਬ ਕਰਨ ਨਾ ਆਏ ਜੀ। ਮਸਜਿਦ ਕੀ ਤੋਹੀਨ ਹੋਤੀ ਹੈ, ਮਸਜਿਦ ਕੀ ਤੋਹੀਨ ਹੋਤੀ ਹੈ, ਜਬ ਕੁੱਤਾ ਆਏਗਾ ਨਪਾਕ ਹੋਗੇ ਹਮ, ਯਹਾਂ ਪੇ ਬਾਥਰੂਮ ਹੋਗੀ ਇਸ ਲਈ ਮਸਜਿਦ ਬੇਕਾਰ ਹੋ ਰਹਾ ਹੈ। ਤੋ ਕਿਆ ਆਪ ਕਹੇਂਗੇ ਕਿ ਪ੍ਰਸ਼ਾਸਨ ਤੋ ਸਭ ਕਰ ਰਹੀ ਹੈ, ਪ੍ਰਸ਼ਾਸਨ ਸਭ ਕੁਝ ਕਰ ਰਿਹਾ ਹੈ, ਨਹੀਂ ਤੋ ਇਹ ਮਸਜਿਦ ਅਭੀ ਤੱਕ ਇਤਨੀ ਬੜੀਆ ਮਾਸ਼ਾਅੱਲਾ ਬਣੀ ਹੋਤੀ ਹੈ, ਇਤਨੀ ਬੜੀਆ ਯੇ ਅਭੀ ਯਹਾਂ ਪੇ ਇਹ ਸਭ ਕੁੱਤੇ ਬਤਾ ਰਹੇ ਕਿ ਆਪ ਤੋ ਜੇ ਬਾਤ ਕਰ ਰਹੇ ਤੋ ਮੈਂ ਗਿਰ ਮੈਂ ਤੋ ਬਹੁਤ ਮਤਲਬ ਮੇਰੇ ਕੋ ਸ਼ਰਮ ਮਹਿਸੂਸ ਕਰ ਰਹਾ ਹੂੰ ਕਿ ਐਸੀ ਬਾਤ ਜਹਾਂ ਇਸ ਪਵਿੱਤਰ ਨਗਰੀ ਮੇ ਜੋ ਗੁਰੂਆਂ ਕੀ ਨਗਰੀ ਹੈ, ਪੀਰੋਂ ਕੀ ਨਗਰੀ ਹੈ, ਤੋ ਵਹਾਂ ਐਸਾ ਹੈ। ਤੋ ਸੋ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਕੀਤੀ ਜਾਂਦੀ ਆ ਕਿ ਜੇ ਧਰਮ ਸਿੰਘ ਮਾਰਕੀਟ ਦੇ ਬੈਕ ਸਾਈਡ 'ਤੇ ਜਿਹੜੀ ਸਾਡੀ ਇਹ ਮਸਜਿਦ ਆ, ਜੋ ਸਰਕਾਰਾਂ ਨੇ ਇਹਨਾਂ ਨਾਲ ਵਾਅਦੇ ਕੀਤੇ ਆ ਜਾਂ ਉਹਨਾਂ ਨੇ ਕਿਹਾ ਕਿ ਇਹ ਰਸਤੇ ਬਣਾ ਕੇ ਦੇਵਾਂਗੇ, ਉਹਨਾਂ ਨੂੰ ਗਰਿੱਲਾਂ ਲਾਵਾਂਗੇ, ਇਹਦਾ ਹੋਰ ਵੀ ਨਵੀਨੀਕਰਨ ਜਾਂ ਇਹਦੀ ਹੋਰ ਜਗ੍ਹਾ ਲੱਗੀ ਹੈਗੀ ਤਾਂ ਉਹ ਛਡਾਉਣੀ ਚਾਹੀਦੀ ਹੈ ਲਾਗੇ, ਅਤੇ ਇੰਨੀਆਂ ਗੱਲਾਂ ਦੇ ਨਾਲ ਅਸੀਂ ਅਗਲੀ ਵਾਰ ਫਿਰ ਇੱਕ ਨਵੀਂ ਮਸਜਿਦ ਔਰ ਉਹਦੀ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ, ਆਓ ਤੁਹਾਨੂੰ ਸਾਰਿਆਂ ਜਾਣ ਲੱਗੇ ਅਸੀਂ ਉਹਨਾਂ ਨਾਲ ਗੱਲਬਾਤ ਇੱਕ ਕਲਾਸ ਕਰਾਉਂਦੇ ਹਾਂ ਕਿ ਤੁਸੀਂ ਮੈਸੇਜ ਕੋਈ ਦਿਓ ਆਪਣੀ ਨੇਸ਼ਨ ਨੂੰ। ਇਹ ਜਗ੍ਹਾ ਸਾਨੂੰ ਕਾਰਪੋਰੇਸ਼ਨ ਤੋਂ ਰਸਤਾ ਮਿਲਿਆ ਆ 1950 ਜੀ, ਲਿਖ ਕੇ ਦਿੱਤਾ ਆ ਜੀ, ਫਿਰ ਵੀ ਕਬਜ਼ਾ ਕਰੀ ਜਾ ਰਹੀ ਜਗ੍ਹਾ 'ਤੇ ਜੀ,
ਡੀ ਸੀ ਸਾਹਿਬ ਦੇ ਬਹੁਤ ਵਾਰੀ ਤੁਹਾਨੂੰ ਲਿਖ ਕੇ ਤਾਇਆ, ਡਿਪਟੀ ਕਮਿਸ਼ਨਰ ਨੂੰ ਡੀ ਸੀ ਸਾਹਿਬ ਨੇ ਲਿਖ ਕੇ ਦਿੱਤਾ ਆ ਜੀ, ਅਜੇ ਵੀ ਸਾਡੇ ਕੋਲ ਲਿਖਤ ਹੈਗੀ। ਆਪਣੇ ਮੁਹੰਮਦੀਆਂ ਨੂੰ ਤੁਸੀਂ ਆਪਣੇ ਭਰਾਵਾਂ ਨੂੰ ਪਹਿਲਾਂ ਮੈਸੇਜ ਦਿਓ ਇੱਕ ਵਧੀਆ ਮੈਸੇਜ ਹੈ ਕਿ ਸਾਰੇ ਮੁਸਲਿਮ ਭਾਈ ਚਾਰੇ ਨੇ ਅਸੀਂ ਬੇਨਤੀ ਕਰਦੇ ਹਾਂ ਜੀ ਕਿ ਉਹ ਸਾਰੇ ਰਲ ਕੇ ਆਇਆ ਕਰਨ ਔਰ ਹਾਂਜੀ ਆਪਣੇ ਵਿਰਾਸਤਾਂ ਆਪਣੀਆਂ ਵਿਰਾਸਤਾਂ ਦਾ ਦੇਖਭਾਲ ਕਰੇ, ਆਪਣੀਆਂ ਵਿਰਾਸਤਾਂ ਦੇਖ ਸਕੀਏ। ਧੰਨਵਾਦ ਜੀ।